ਵੱਲੋਂ ਵੱਖ ਵੱਖ ਰੂਪਾਂ ਨੂੰ ਪੂਜਣ ਦਾ ਤਿਉਹਾਰ ਨਵਰਾਤਰਿਆਂ ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਦੈਨਿਕ ਸਵੇਰਾ ਦੀ ਟੀਮ ਇਸ ਦੌਰਾਨ ਤੁਹਾਨੂੰ ਵੱਖ ਵੱਖ ਸ਼ਕਤੀ ਪੀਠਾਂ ਦੇ ਦਰਸ਼ਨ ਕਰਵਾਉਣ ਦੇ ਲਈ ਇੱਕ ਵਾਰ ਫਿਰ ਤੋਂ ਹਾਜ਼ਰ ਹੋਈ ਹੈ। ਅੱਜ ਦੇ ਦਿਨ ਤੁਹਾਨੂੰ ਦੈਨਿਕ ਸਵੇਰਾ ਦੀ ਟੀਮ ਦਰਸ਼ਨ ਕਰਵਾਏਗੀ ਮਾਂ ਛਿੰਨ ਮਸਤਿਕਾ ਯਾਨੀ ਮਾਂ ਚਿੰਤਾਪੁਰਨ ਦੀ। ਇਸ ਵੇਲੇ ਅਸੀਂ ਦਰਬਾਰ ਦੇ ਅੰਦਰ ਹੀ ਮੌਜੂਦ ਹਾਂ ਜਿੱਥੇ ਤੁਸੀਂ ਵੇਖ ਸਕਦੇ ਹੋ ਕਿ ਦਰਬਾਰ ਨੂੰ ਮਾਂ ਛਿੰਨ ਮਸਤਿਕਾ ਦੇ ਦਰਬਾਰ ਨੂੰ ਕਿਵੇਂ ਵੱਖ ਵੱਖ ਫੁੱਲਾਂ ਦੇ ਨਾਲ ਅਤੇ ਫਲਾਂ ਦੇ ਨਾਲ ਸਜਾਇਆ ਹੋਇਆ। ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਹਰ ਇੱਕ ਤਰ੍ਹਾਂ ਦਾ ਫੁੱਲ ਜਿਹੜਾ ਅਤੇ ਹਰ ਇੱਕ ਤਰ੍ਹਾਂ ਦਾ ਫਲ ਜਿਹੜਾ ਉਹ ਇੱਥੇ ਸਜਾਵਟ ਦੇ ਲਈ ਵਰਤਿਆ ਗਿਆ ਅਤੇ ਵੱਖ ਵੱਖ ਚੁੰਨੀਆਂ ਦੇ ਨਾਲ ਵੀ ਮਾਂ ਦੇ ਦਰਬਾਰ ਨੂੰ ਇਸ ਵੇਲੇ ਸਜਾਇਆ ਗਿਆ। ਨਵਰਾਤਰਿਆਂ ਦੀ ਸ਼ੁਰੂਆਤ ਜਿਹੜੀ ਉਹ ਹੋ ਚੁੱਕੀ ਹੈ ਅਤੇ ਉਸ ਨੂੰ ਲੈ ਕੇ ਹੀ ਦਰਬਾਰ ਦੇ ਅੰਦਰ ਵੱਖ ਵੱਖ ਇੰਤਜ਼ਾਮ ਕੀਤੇ ਗਏ ਨੇ ਅਤੇ ਤਰ੍ਹਾਂ ਤਰ੍ਹਾਂ ਦੇ ਸਾਜੋ ਸਮਾਨ ਦੇ ਨਾਲ ਪੂਰੇ ਹੀ ਦਰਬਾਰ ਨੂੰ ਸਜਾਇਆ ਗਿਆ। ਤੁਸੀਂ ਵੇਖ ਸਕਦੇ ਹੋ ਕਿ ਜਿਹੋ ਜਿਸ ਤਰੀਕੇ ਦੇ ਫੁੱਲ ਜਿਹੜੇ ਉਹ ਇੱਥੇ ਵਰਤੇ ਗਏ ਨੇ ਉਹ ਸਿਰਫ ਪੰਜਾਬ ਦੇ ਨਹੀਂ ਬਲਕਿ ਦੂਰ ਦੁਰਾਡੇ ਤੋਂ ਮੰਗਵਾਏ ਗਏ ਨੇ ਅਤੇ ਜਿਨ੍ਹਾਂ ਦੇ ਨਾਲ ਇੱਥੇ ਸਜਾਵਟ ਜਿਹੜੀ ਉਹ ਕੀਤੀ ਗਈ ਹੈ। ਹਾਲਾਂਕਿ ਅਜੇ ਵੀ ਕੁਝ ਸਜਾਵਟ ਜਿਹੜੀ ਉਹ ਕੀਤੀ ਜਾ ਰਹੀ ਹੈ ਪਰ ਤੁਸੀਂ ਖੁਦ ਵੀ ਵੇਖ ਸਕਦੇ ਹੋ ਕਿ ਕਿਵੇਂ ਵੱਖ ਵੱਖ ਫਲਾਂ ਅਤੇ ਫੁੱਲਾਂ ਦੇ ਨਾਲ ਪੂਰੇ ਦਰਬਾਰ ਨੂੰ ਸਜਾਇਆ ਹੋਇਆ। ਤੁਸੀਂ ਦੈਨਿਕ ਸਵੇਰਾ ਟੀਵੀ 'ਤੇ ਇਸ ਵੇਲੇ ਦਰਸ਼ਨ ਕਰ ਰਹੇ ਹੋ ਮਾਂ ਛਿੰਨ ਮਸਤਿਕਾ ਮਾਂ ਚਿੰਤਾਪੁਰਨੀ ਦੇ ਜੋ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚੋਂ ਵਿੱਚ ਸਥਿਤ ਹੈ ਅਤੇ ਇਸ ਮੰਦਿਰ ਦੇ ਵਿੱਚ ਦੂਰ ਦੁਰਾਡੇ ਤੋਂ ਸ਼ਰਧਾਲੂ ਆਉਂਦੇ ਨੇ ਅਤੇ ਨਤਮਸਤਕ ਹੁੰਦੇ ਨੇ। ਇਸ ਵੇਲੇ ਵੀ ਸ਼ਰਧਾਲੂ ਜਿਹੜੇ ਉਹ ਕਤਾਰਾਂ ਦੇ ਵਿੱਚ ਖੜ੍ਹੇ ਹੋ ਕੇ ਨਤਮਸਤਕ ਹੋਣ ਦੇ ਲਈ ਮੱਥਾ ਟੇਕਣ ਦੇ ਲਈ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਨੇ। ਦੈਨਿਕ ਸਵੇਰਾ ਟੀਵੀ 'ਤੇ ਇਸ ਵੇਲੇ ਤੁਸੀਂ ਦਰਸ਼ਨ ਕਰ ਰਹੇ ਹੋ ਮਾਂ ਛਿੰਨ ਮਸਤਿਕਾ ਚਿੰਤਾਪੁਰਨੀ ਦੇ ਪਿੰਡੀ ਰੂਪ ਦੇ ਵਿੱਚ ਬਿਰਾਜਮਾਨ ਇਸ ਮੰਦਿਰ ਦੇ ਵਿੱਚ ਮਾਂ ਦੇਵੀ ਮਾਂ ਦੇ ਰੂਪ ਨੂੰ ਮਾਂ ਚਿੰਤਾਹਰਨੀ ਮਾਂ ਚਿੰਤਾਪੁਰਨੀ ਮਾਂ ਛਿੰਨ ਮਸਤਿਕਾ ਕਈ ਨਾਵਾਂ ਦੇ ਨਾਲ ਜਾਣਿਆ ਜਾਂਦਾ ਹੈ ਅਤੇ ਮੱਥਾ ਟੇਕਣ ਦੇ ਲਈ ਦੂਰ ਦੁਰਾਡੇ ਤੋਂ ਵੀ ਸ਼ਰਧਾਲੂ ਇੱਥੇ ਪੁੱਜਦੇ ਨੇ ਅਤੇ ਮੱਥਾ ਟੇਕਦੇ ਨੇ। ਦੈਨਿਕ ਸਵੇਰਾ ਟੀਵੀ 'ਤੇ ਇਸ ਵੇਲੇ ਤੁਸੀਂ ਦਰਸ਼ਨ ਕਰ ਰਹੇ ਹੋ ਮਾਂ ਚਿੰਤਾਪੁਰਨੀ ਦੇ ਜੋ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਹੀ ਮੌਜੂਦ ਹੈ। ਇਸ ਵੇਲੇ ਕਈ ਸ਼ਰਧਾਲੂ ਵੀ ਇੱਥੇ ਪਹੁੰਚੇ ਹੋਏ ਨੇ। ਗੱਲਬਾਤ ਕਰਾਂਗੇ ਜੈ ਮਾਤਾ ਦੀ। ਜੈ ਮਾਤਾ ਦੀ। ਕਿਹੜੀ ਥਾਂ ਤੋਂ ਆਏ ਤੁਸੀਂ? ਅਸੀਂ ਫਿਰੋਜ਼ਪੁਰ ਤੋਂ ਜੀ। ਪਹਿਲੀ ਵਾਰੀ ਆਏ ਜਾਂ ਅਕਸਰ ਆਉਂਦੇ? ਨਹੀਂ, ਆਉਂਦੇ ਰਹਿੰਦੇ ਹਾਂ ਇੱਥੇ। ਕਿਹੋ ਜਿਹਾ ਲੱਗਦਾ ਆ ਕੇ? ਬਹੁਤ ਅੱਛਾ ਲੱਗਦਾ, ਬਹੁਤ ਅੱਛਾ। ਜੈ ਮਾਤਾ ਦੀ। ਜੈ ਮਾਤਾ ਦੀ ਜੀ। ਤੁਸੀਂ ਕਿਹੜੀ ਥਾਂ ਤੋਂ ਆਏ, ਕਿਹੋ ਜਿਹਾ ਲੱਗਦਾ? ਵੈਸੇ ਮੈਂ ਬਾਹਰੋਂ ਆਈ ਜੀ, ਦੁਬਈ ਤੋਂ। ਅੱਛਾ, ਅਤੇ ਫਿਰੋਜ਼ਪੁਰ ਅਸੀਂ ਰਹਿੰਦੇ ਹਾਂ ਸਾਡਾ। ਦੁਬਈ ਤੋਂ ਜਦੋਂ ਆਉਂਦੇ ਹੋ ਤਾਂ ਅਕਸਰ ਇੱਥੇ ਆਉਂਦੇ ਹੋ? ਜੀ, ਆਲਮੋਸਟ ਤਕਰੀਬਨ ਅਸੀਂ ਆਉਂਦੇ ਹਾਂ। ਹੋਰ ਵੀ ਇੱਥੇ ਸ਼ਰਧਾਲੂ ਜਿਹੜੇ ਜੁੜੇ ਹੋਏ ਨੇ। ਜੈ ਮਾਤਾ ਦੀ। ਕਿਹੜੀ ਥਾਂ ਤੋਂ ਆਏ ਤੁਸੀਂ? ਅਸੀਂ ਉਨਾ ਤੋਂ ਆਏ ਜੀ। ਕਿਹੋ ਜਿਹਾ ਲੱਗਦਾ, ਪਹਿਲੀ ਵਾਰੀ ਆਏ ਇੱਥੇ? ਨਹੀਂ ਜੀ, ਬਹੁਤ ਵਾਰੀ ਆਈਦਾ ਆ। ਕਿਹੋ ਜਿਹਾ ਲੱਗਦਾ ਇੱਥੇ ਮਾਤਾ ਰਾਣੀ ਦੇ ਦਰਸ਼ਨ? ਤਾਂ ਬਹੁਤ ਹੀ ਜ਼ਿਆਦਾ ਵਧੀਆ ਆ ਜੀ। ਇਹਨੇ ਸ਼ਰਧਾਲੂ ਜਿਹੜੇ ਦੂਰ ਦੁਰਾਡੇ ਤੋਂ ਵੀ ਇੱਥੇ ਆਏ ਹੋਏ ਨੇ ਅਤੇ ਮੱਥਾ ਟੇਕ ਰਹੇ ਨੇ। ਜਿਵੇਂ ਕਿ ਤੁਹਾਨੂੰ ਦੱਸਿਆ ਕਿ ਨਵਰਾਤਰਿਆਂ ਦੀ ਸ਼ੁਰੂਆਤ ਵੀ ਹੋ ਚੁੱਕੀ ਹੈ ਅਤੇ ਵੱਖ ਵੱਖ ਸ਼ਕਤੀ ਪੀਠਾਂ ਦੇ ਵਿੱਚ ਤੁਹਾਨੂੰ ਅਜਿਹੀ ਹੀ ਰੌਣਕ ਵੇਖਣ ਨੂੰ ਮਿਲੇਗੀ ਜਿਵੇਂ ਕਿ ਇਸ ਮੰਦਿਰ ਦੇ ਵਿੱਚ ਵੀ ਵੇਖਣ ਨੂੰ ਮਿਲ ਰਹੀ ਹੈ।
ਜੈ ਮਾਤਾ ਦੀ। ਮਾਤਾ ਸਤੀ ਕੇ ਯਹਾਂ ਪੇ ਚਰਨ ਗਏ ਥੇ। ਮਾਤਾ ਚਿੰਤਪੁਰਨੀ ਜੋ ਹੈ ਪਿੰਡੀ ਰੂਪ ਮੇਂ ਬਿਰਾਜਮਾਨ ਹੈ, ਕੰਨਿਆ ਰੂਪ ਕੇ ਬਾਅਦ ਪਿੰਡੀ ਰੂਪ ਮੇਂ ਬਿਰਾਜਮਾਨ ਹੈ। ਯਹਾਂ ਪੇ ਨਵਰਾਤਰੋਂ ਮੇਂ ਅਧਿਕ ਸੰਖਿਆ ਮੇਂ ਸ਼ਰਧਾਲੂ ਆਤੇ ਹੈ ਔਰ ਨਵਰਾਤਰੋਂ ਮੇਂ ਤਿੰਨ ਵਾਰ ਅਸ਼ਟਮੀ ਕੇ ਦਿਨ ਤਿੰਨ ਵਾਰ ਜੋ ਹੈ ਇਸ਼ਨਾਨ ਹੋਤਾ ਹੈ, ਕੰਨਿਆ ਪੂਜਨ ਕੀਆ ਜਾਤਾ ਹੈ ਔਰ ਕੰਜਕੇ ਬਿਠਾਈ ਜਾਤੀ ਹੈ। ਮੈਂ ਯੂਕੇ ਸੇ ਆਇਆ ਹੂੰ ਔਰ 25 ਵਰਸ ਸੇ ਮੈਂ ਯਹਾਂ ਆਤਾ ਹੂੰ। ਹਰੇਕ ਸਾਲ ਮੇਰੀ ਮਈਆ ਬੁਲਾਤੀ ਹੈ, ਜੇ ਮੇਰੇ ਲਈ ਪੱਥਰ ਕੀ ਮੂਰਤੀ ਨਾ, ਜੇ ਮੇਰੀ ਖੁਦ ਕੀ ਮਈਆ ਹੈ, ਇਸ ਲਈ ਹਮਸੇ ਬਹੁਤ ਪਿਆਰ ਕਰਤੇ ਹੈ, ਇਸ ਮੇਂ ਹਮਾਰੀ ਜਾਨ ਹੈ ਔਰ ਮਾਤਾ ਕੀ ਬੇਟੇ ਲਿਖਤੇ ਹੈ ਔਰ ਗਾਤੇ ਵੀ ਹੈ। ਮਾਤਾ ਸ਼੍ਰੀ ਚਿੰਤਪੁਰਨੀ ਜੀ ਜੋ ਕਿ ਬਹੁਤ ਹੀ ਪਵਿੱਤਰ ਸਥਲ ਹੈ, ਸ਼ਕਤੀ ਪੀਠ ਹੈ ਔਰ ਸਮੁੱਚੇ ਭਾਰਤ ਵਰਸ਼ ਮੇਂ ਜੀ ਬਹੁਤ ਹੀ ਪ੍ਰਸਿੱਧ ਸ਼ਕਤੀ ਪੀਠ ਹੈ ਔਰ ਇਸ ਮੇਂ ਆਨੇ ਵਾਲੇ ਦੂਰ ਦਰਾਜ ਕੇ ਖੇਤਰੋਂ ਸੇ ਭਾਰਤ ਕੇ ਕੋਨੇ ਕੋਨੇ ਸੇ ਆਨੇ ਵਾਲੇ ਸ਼ਰਧਾਲੂਓਂ ਕੋ ਹਰ ਸੰਭਵ ਸਹਾਇਤਾ ਪ੍ਰਦਾਨ ਕੀ ਜਾਏਗੀ। ਉਨਕੀ ਕਠਿਨਾਈਆਂ ਕੋ ਮੱਦੇਨਜ਼ਰ ਰੱਖਤੇ ਹੋਏ ਪ੍ਰਤੇਕ ਸੁਵਿਧਾ ਜੋ ਹੈ ਉਪਲਬਧ ਕਰਾਨੇ ਕਾ ਪ੍ਰਯਾਸ ਰਹੇਗਾ। ਨਵਰਾਤਰੋਂ ਮੇਂ ਲੱਖੋਂ ਹਜ਼ਾਰੋਂ ਸ਼ਰਧਾਲੂ ਜੋ ਹੈ ਵੋ ਮਾਤਾ ਜੀ ਕੇ ਪਾਵਨ ਪਿੰਡੀ ਕੇ ਦਰਸ਼ਨ ਕਰਕੇ ਆਨੰਦ ਪ੍ਰਾਪਤ ਕਰਤੇ ਹੈ ਔਰ ਆਸ਼ੀਰਵਾਦ ਪ੍ਰਾਪਤ ਕਰਤੇ ਹੈ। ਤੋ ਹਮਾਰਾ ਜਿਹੀ ਸੰਕਲਪ ਰਹੇਗਾ ਕਿ ਹਮ ਬਾਹਰ ਸੇ ਆਨੇ ਵਾਲੇ ਸ਼ਰਧਾਲੂਓਂ ਕੋ ਸੁਪੂਰਨ ਸੁਵਿਧਾਏਂ ਪ੍ਰਦਾਨ ਕਰੇਂ। ਸਵੇਰਾ ਲਗਾਤਾਰ ਤੁਹਾਨੂੰ ਵੱਖ ਵੱਖ ਸ਼ਕਤੀਪੀਠਾਂ ਦੇ ਦਰਸ਼ਨ ਵੀ ਕਰਵਾਉਂਦੇ ਰਹੇਗਾ। ਜਲਦ ਹੀ ਇੱਕ ਹੋਰ ਸ਼ਕਤੀਪੀਠ ਦੇ ਦਰਸ਼ਨ ਕਰਵਾਉਣ ਲਈ ਦੁਬਾਰਾ ਹਾਜ਼ਰ ਹੋਵਾਂਗੇ। ਕੈਮਰਾਮੈਨ ਵਰਿੰਦਰ ਮਹਿਰਾ ਦੇ ਨਾਲ ਸੁਰੁਚੀ ਮਾਂ ਚਿੰਤਪੁਰਨੀ ਹਿਮਾਚਲ ਪ੍ਰਦੇਸ਼।